ਅੱਜ ਹੈ ਜੀ 18 ਮਾਰਚ ਅਤੇ ਕੱਲ੍ਹ ਸੀ 17 ਮਾਰਚ। ਮੈਂ ਕੈਮਰਾ ਦੇ ਮੂਹਰੇ ਆ ਕੇ ਆਪਣੀ ਪ੍ਰਤੀਕਿਰਿਆ ਨਹੀਂ ਦੇ ਪਾਇਆ, ਵਧਾਈਆਂ ਨਹੀਂ ਦੇ ਪਾਇਆ ਸਾਰਿਆਂ ਨੂੰ ਕੁਝ ਕਾਰਨਾਂ ਕਰਕੇ, ਲੇਕਿਨ ਉੱਦਾਂ ਆਪਣੇ ਸਾਰੇ ਸੋਸ਼ਲ ਮੀਡੀਆ ਦੇ ਉੱਪਰ ਮੈਂ ਵਧਾਈਆਂ ਦੇ ਦਿੱਤੀਆਂ ਸੀ। ਸੋ ਸਭ ਤੋਂ ਪਹਿਲਾਂ ਮੂਸਾ ਫੈਮਿਲੀ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਅਤੇ ਤੁਹਾਨੂੰ ਸਾਰਿਆਂ ਨੂੰ ਵੀ। ਜਦੋਂ 8 ਤੋਂ 9 ਵਜੇ ਪੱਪੂ ਬਲਵੌਰ ਸਿੰਘ ਦੇ ਅਕਾਊਂਟ 'ਤੇ ਆਪਾਂ ਨੂੰ ਅਪਡੇਟ ਮਿਲੀ, ਫੋਟੋ ਪੈਣ ਸਾਰ ਉਸਦੇ ਉੱਪਰ ਬਹੁਤ ਤੇਜ਼ੀ ਨਾਲ ਕਮੈਂਟ ਆ ਰਹੇ ਸੀ ਅਤੇ 4-5 ਕਮੈਂਟ ਮੈਂ ਕਹਿੰਦਾ ਗਿਣਤੀ ਦੇ ਆਏ ਸੀ, ਜਿਸਦੇ ਵਿੱਚ ਲੋਕਾਂ ਨੇ ਕਿਹਾ ਹੋਇਆ ਸੀ ਕਿ ਇਸਦਾ ਨਾਂ ਵੀ ਸ਼ਬਦ ਵੀ ਰੱਖਿਆ ਜਾਵੇ। ਅਤੇ ਉਸ ਕੰਸੈਪਟ ਦੇ ਉੱਪਰ ਮੈਂ ਵੀਡੀਓ ਬਣਾਤੀ 2-3 ਘੰਟੇ ਦੇ ਅੰਦਰ ਅੰਦਰ। ਉਸ ਵੀਡੀਓ ਦੇ ਉੱਪਰ 33-34 ਹਜ਼ਾਰ ਵਿਊ ਆ ਚੁੱਕੇ ਨੇ। ਉਸ ਵੀਡੀਓ ਨੂੰ ਦੇਖ ਕੇ ਲੋਕਾਂ ਨੇ ਅਲੱਗ ਅਲੱਗ ਪਲੇਟਫਾਰਮਾਂ 'ਤੇ ਜਾ ਕੇ ਇਹ ਚੀਜ਼ ਫੈਲਾ ਦਿੱਤੀ ਪੂਰੀ ਪ੍ਰੋਪਰਲੀ। ਇੱਕ ਸੁਜੈਸ਼ਨ ਦਿੱਤੀ ਜਾ ਰਹੀ ਹੈ ਕਮੈਂਟਾਂ ਦੇ ਵਿੱਚ, ਉਹਨਾਂ ਵੱਲੋਂ ਲਿਖਿਆ ਜਾ ਰਿਹਾ ਹੈ ਕਿ ਸ਼ੁਭਦੀਪ ਸਿੰਘ ਸਿੱਧੂ ਹੀ ਨਾਮ ਰੱਖਣਾ ਜੀ, ਹੁਣ ਇਹੀ ਹੈ ਸਾਡਾ ਛੋਟਾ ਸਿੱਧੂ। ਕਨਫਰਮੇਸ਼ਨ ਆ ਗਈ ਹੈ ਬਾਪੂ ਅਤੇ ਮਾਤਾ ਦੀ ਕਿ ਹਾਂ ਇਹਦਾ ਨਾਮ ਇੱਦਾਂ ਹੀ ਰੱਖਿਆ ਜਾਊਗਾ। ਅਤੇ ਉਸ ਵੀਡੀਓ ਦੇ ਵਿੱਚ ਮੈਂ ਇੱਕ ਗੱਲ ਹੋਰ ਬੋਲੀ ਸੀ ਕਿ ਜਦੋਂ ਇਹ ਹਜੇ ਆਈ ਹੈ ਦੁਨੀਆ ਦੇ ਵਿੱਚ, ਸਾਰਾ ਇੰਟਰਨੈਟ ਹੈਂਗ ਹੋ ਚੁੱਕਿਆ ਵਾ, ਸਾਰੇ ਕਿਤੇ ਇਸ ਬੱਚੇ ਦੀ ਹੀ ਫੋਟੋ ਅਪਲੋਡ ਹੋ ਰਹੀ ਹੈ, ਅਤੇ ਉਸ ਵੀਡੀਓ ਵਿੱਚ ਐਡ ਕਰਨਾ ਭੁੱਲ ਗਿਆ। ਲੇਕਿਨ ਇੱਕ ਪੋਸਟ ਦੇਖੀ ਸੀ, ਕਹਿੰਦੇ ਸਾਗਰ ਵਾਲਾ ਗਾਣਾ ਤਾਂ ਇਹਨੇ ਆਉਂਦੇ ਸਾਰੀ ਦੱਬ ਲਿਆ, ਕਿਉਂਕਿ ਹੁਣ ਨਹੀਂ ਸੁਣਾਈ ਦੇ ਰਿਹਾ ਰੀਲਾਂ ਦੇ ਉੱਪਰ। ਰੀਲਾਂ ਦੇ ਉੱਪਰ ਸਿਰਫ ਇੱਕ ਚੀਜ਼ ਚੱਲ ਰਹੀ ਹੈ। ਅਤੇ ਮੈਂ ਉਹ ਵੀਡੀਓ 'ਚ ਬੋਲਿਆ ਸੀ ਕਿ ਆਪਾਂ ਟੋਪਿਕ 'ਤੇ ਆਉਂਦੇ ਹਾਂ ਕਿ ਜਦੋਂ 15-20 ਸਾਲ ਬਾਅਦ ਇਹਨੇ ਗਾਣੇ ਕੱਢਣੇ, ਉਦੋਂ ਇੰਡਸਟਰੀ ਦਾ ਕੀ ਬਣੂਗਾ। ਤਾਂ ਹੁੰਦੇ ਨਹੀਂ ਹਰ ਜਗ੍ਹਾ ਓਵਰ ਸਿਆਣੇ ਬਣਨ ਵਾਲੇ ਲੋਕ, ਜਿਹੜੇ ਕੁਛ ਆਪਦੇ ਆਪ ਨੂੰ ਬੜਾ ਪੜ੍ਹਿਆ ਲਿਖਿਆ ਸਮਝਣ ਲੱਗ ਜਾਂਦੇ ਨੇ ਕਿ ਹਰ ਥਾਂ ਜਾ ਕੇ ਆਪਣੀ ਸਿਆਣਪ ਘੁੱਟਣੀ ਹੁੰਦੀ ਹੈ। ਉਹਨਾਂ ਦੇ ਕਮੈਂਟ ਆਏ ਕਿ ਤੁਸੀਂ ਕਿੱਦਾਂ ਡਿਸਾਈਡ ਕਰ ਸਕਦੇ ਹੋ ਬੱਚੇ ਨੇ ਫਿਊਚਰ 'ਚ ਜਾ ਕੇ ਕੀ ਬਣਨਾ ਵਾ, ਕੀ ਪਤਾ ਉਹਨੇ ਡਾਕਟਰ ਬਣਨਾ ਹੋਵੇ, ਕੀ ਪਤਾ ਉਹਨੇ ਪਾਇਲਟ ਬਣਨਾ ਹੋਵੇ, ਕੀ ਪਤਾ ਉਹਨੇ ਆਰਮੀ 'ਚ ਜਾਣਾ ਹੋਵੇ, ਜਾਂ ਕੀ ਪਤਾ ਉਹਨੇ ਪੁਲਿਸ ਵਾਲਾ ਬਣਨਾ ਹੋਵੇ। ਬਾਈ ਦੇਖੋ ਕਿੰਨਾ ਖੁਸ਼ੀ ਵਾਲਾ ਦਿਨ ਚੜ੍ਹਿਆ ਵਾ, ਠੀਕ ਹੈ, ਜਿਹੜੇ ਉਸ ਬੱਚੇ ਦੇ ਕੋਲ ਨੇ ਜਾਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ, ਉਹ ਸਿਆਣੇ ਨੇ ਯਾਰ, ਆਪਣੇ ਨਾਲ ਬਹੁਤ ਜ਼ਿਆਦਾ ਸਿਆਣੇ ਨੇ। ਉਹ ਕਦੇ ਬੱਚੇ ਨਾਲ ਧੱਕਾ ਨਹੀਂ ਕਰ ਸਕਦੇ, ਇਹ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੈ। ਨਾ ਅਸੀਂ ਕਰ ਸਕਦੇ ਹਾਂ ਧੱਕਾ ਉਸ ਬੱਚੇ ਨਾਲ, ਅਤੇ ਨਾ ਹੀ ਕੋਈ ਹੋਰ ਕਰ ਸਕਦਾ ਵਾ। ਅੱਜ ਦੇ ਜ਼ਮਾਨੇ 'ਚ ਨਹੀਂ ਕਰ ਸਕਦੇ, ਤਾਂ ਫਿਰ 20 ਸਾਲ ਬਾਅਦ ਦੀ ਗੱਲ ਹੈ। ਸੋ ਇੰਨੀ ਕੁ ਚੀਜ਼ ਦੀ ਕੋਮਨ ਸੈਂਸ ਹਰ ਇੱਕ ਨੂੰ ਹੁੰਦੀ ਹੈ। ਤੁਸੀਂ ਹਰ ਥਾਂ ਜਾ ਕੇ ਆਪਣੇ ਸਿਆਣਪ ਨਾ ਘੋਟਿਆ ਕਰੋ। ਗੱਲ ਆਉਂਦੀ ਹੈ ਪ੍ਰਭਾਵਿਤ ਹੋਣ ਦੀ। ਅੱਜ ਤੋਂ 20-25 ਸਾਲ ਪਹਿਲਾਂ ਇੰਟਰਨੈਟ ਨਹੀਂ ਹੁੰਦਾ ਸੀ, ਨਾ ਇੰਨੀ ਅਪਡੇਟ ਹੁੰਦੀਆਂ ਸੀ ਚੀਜ਼ਾਂ, ਹੈ ਨਾ, ਕਿਸੇ ਸਿੰਗਰ ਬਾਰੇ। ਹੁਣ ਜਿਹੜੇ ਵੀ ਲੈਜੈਂਡਰੀ ਸਿੰਗਰ ਰਹੇ ਨੇ, ਉਹਨਾਂ ਦੇ ਬੱਚੇ ਸਿਰਫ ਆਪਣੇ ਪਿਤਾ ਦੀਆਂ ਗੱਲਾਂ ਸੁਣ ਕੇ ਇੰਨੇ ਪ੍ਰਭਾਵਿਤ ਹੋ ਕੇ ਸਿੰਗਿੰਗ ਲਾਈਨ ਦੇ ਵਿੱਚ ਪੂਰਾ ਜ਼ੋਰ ਲਾ ਰਹੇ ਨੇ। ਅਤੇ ਇਹਦਾ ਤਾਂ ਬਾਈ ਯੂਟਿਊਬ ਤਾਂ ਭਰਿਆ ਰੱਖਿਆ ਵਾ ਸਾਰਾ, ਵੀ ਸਿੱਧੂ ਨੇ ਐਂ ਕੀਤਾ, ਸਿੱਧੂ ਨੂੰ ਉਹ ਕੀਤਾ ਸੀ। ਤੁਸੀਂ ਲਿਖਾ ਕੇ ਲੈ ਲਓ ਮੇਰੇ ਤੋਂ, ਉਹਨੇ ਉਹ ਚੀਜ਼ ਤੋਂ ਪ੍ਰਭਾਵਿਤ ਹੋ ਕੇ ਇੰਸਪਾਇਰ ਹੋ ਕੇ ਚੋਣੀ ਹੀ ਸਿੰਗਿੰਗ ਲਾਈਨ ਹੈ ਕਿ ਯਾਰ ਮੇਰੇ ਭਰਾ ਨੇ ਕਿਹੜਾ ਇੰਡਸਟਰੀ ਹਿਲਾਤੀ ਸੀ ਅਤੇ ਮੈਂ ਵੀ ਹਿਲਾ ਕੇ ਦਿਖਾਊਂਗਾ। ਸੋ ਗੱਲ ਇਹ ਆਉਂਦੀ ਆ, ਧੱਕਾ ਕੋਈ ਵੀ ਨਹੀਂ ਕਰ ਸਕਦਾ, ਚਾਹ ਕੇ ਵੀ ਨਹੀਂ ਕਰ ਸਕਦਾ ਉਹ ਟਾਈਮ ਦੇ ਵਿੱਚ 20 ਸਾਲ ਬਾਅਦ। ਸੋ ਇਹ ਚੀਜ਼ਾਂ ਤੁਸੀਂ ਸਿਆਣਪ ਹਰ ਇੱਕ ਥਾਂ ਚੰਗੀ ਨਹੀਂ ਲੱਗਦੀ ਹੁੰਦੀ, ਅੱਜ ਕੱਲ੍ਹ ਦੁਨੀਆ 'ਤੇ ਸਾਰੇ ਸਿਆਣੇ ਆ, ਅਤੇ ਖੁਸ਼ੀਆਂ 'ਚ ਖੁਸ਼ ਹੋਇਆ ਕਰੋ, ਇਹੋ ਜਿਹੀ ਚੀਜ਼ਾਂ ਨਾ ਕੁੱਟੋ। ਤੀਜੇ ਨੰਬਰ 'ਤੇ ਆ ਜਾਂਦਾ ਵਾ ਕਿ ਦੇਖੋ ਖੁਸ਼ੀ ਸਾਰਿਆਂ ਨੂੰ ਹੋਈ ਹੈ, ਹੈ ਨਾ। ਮੈਂ ਕਹਿੰਦਾ ਵੀ ਜਿਹੜੇ ਬੰਦੇ ਇਨਫਲੂਐਂਸਰ ਵੀ ਨੇ ਨਾ, ਹਰ ਬੰਦੇ ਨੇ ਸ਼ੇਅਰ ਕੀਤੀ ਹੈ, ਕਿਉਂਕਿ ਦਿਲੋਂ ਪਿਆਰ ਸੀ, ਹੈ ਨਾ। ਹੁਣ ਇੱਕ ਸਾਡਾ ਬਾਈ ਗਿਆ ਵਾ, ਤਾਂ ਉਹਦੇ ਰੂਪ 'ਚ ਆਪਾਂ ਕਹਿ ਸਕਦੇ ਹਾਂ ਕਿ ਹਾਂ ਵੀ ਦੁਬਾਰਾ ਆਪਾਂ ਨੂੰ ਬਾਈ ਵਾਪਸ ਆ ਗਿਆ। ਅਤੇ ਹੁਣ ਸਿੱਧੂ ਮੂਸੇਵਾਲੇ ਦੀ ਕੋਈ ਪੁਰਾਣੀ ਫੋਟੋ ਜਦੋਂ ਵਾਇਰਲ ਹੁੰਦੀ ਹੁੰਦੀ ਸੀਗੀ, ਕਾਲਜ ਟਾਈਮ ਦੀ ਕੋਈ ਵੀਡੀਓ ਵਾਇਰਲ ਹੁੰਦੀ ਸੀ, ਜਾਂ ਉਹਦੇ ਜਿਉਂਦੇ ਜੀ ਵੀ ਕਹਿ ਰਿਹਾ ਮੈਂ, ਜਿਉਂਦੇ ਜੀ ਵੀ ਉਹਦੀ ਕੋਈ ਕਾਲਜ ਟਾਈਮ ਦੀ ਜਾਂ ਕੋਈ ਸ਼ਾਇਰੀ ਵਾਇਰਲ ਹੁੰਦੀ ਸੀ, ਤਾਂ ਲੋਕਾਂ ਨੂੰ ਬੜੀ ਪਸੰਦ ਆਉਂਦੀ ਸੀ, ਲੋਕ ਬੜੀ ਉਤਸੁਕਤਾ ਨਾਲ ਦੇਖਦੇ ਸੀਗੇ। ਲੇਕਿਨ ਕਿਤੇ ਨਾ ਕਿਤੇ ਸਿੱਧੂ ਦਾ ਜਿਹੜਾ ਬਚਪਨ ਦਾ ਪੀਰੀਅਡ ਸੀ ਨਾ, 1 ਤੋਂ ਲੈ ਕੇ 20 ਸਾਲ ਤੱਕ ਦਾ, 1 ਤੋਂ ਲੈ ਕੇ 15 ਸਾਲ ਤੱਕ ਦਾ, ਜਿਹੜਾ ਪ੍ਰੋਪਰ ਡਿਟੇਲ ਵਿਊ ਵਿੱਚ ਆਪਾਂ ਨੂੰ ਨਹੀਂ ਦੇਖਣ ਨੂੰ ਮਿਲਿਆ, ਕਿਉਂਕਿ
ਉਹਨਾਂ ਟਾਈਮਾਂ ਦੇ ਵਿੱਚ ਕੈਮਰੇ ਵਗੈਰਾ ਨਹੀਂ ਇੰਨੇ ਅਵੇਲੇਬਲ ਹੁੰਦੇ ਸੀ, ਕੋਈ ਟਾਮੀ ਟੱਲੀ ਫੋਟੋ ਆਪਾਂ ਨੂੰ ਮਿਲ ਗਈ ਕੋਈ, ਜਿਵੇਂ ਉਹ ਵਿਆਹ ਵਿੱਚ ਨੱਚਦੀ ਦੀ ਵੀਡੀਓ ਵਾਇਰਲ ਹੋਈ ਸੀ ਸਿੱਧੂ ਦੀ, ਅਤੇ ਇਸ ਬੱਚੇ ਦੇ ਵਿੱਚ ਆਪਾਂ ਇਹਨੂੰ ਸ਼ੁਭ ਦੀ ਵਾਂਗੂ ਹੀ ਮੰਨ ਰਹੇ ਹਾਂ। ਕਿੰਨੀ ਖੁਸ਼ੀ ਵਾਲੀ ਗੱਲ ਹੈ ਕਿ ਹਾਂ ਵੀ ਹੁਣ ਆਪਾਂ ਇਸ ਬੱਚੇ ਦਾ ਬਚਪਨ ਰਿਲੇਟ ਕਰ ਪਾਵਾਂਗੇ ਸਿੱਧੂ ਨਾਲ। ਮੰਨ ਲਓ ਇਸ ਛੋਟੇ ਸ਼ਬਦੀਪ ਦਾ ਆਪਾਂ ਜੇ ਬਚਪਨ ਦੇਖ ਲੈਣਾ, ਇੱਕ ਤੋਂ ਲੈ ਕੇ ਰੱਬ ਕਰੇ ਇਸਦੀ ਉਮਰ ਵੱਧ ਤੋਂ ਵੱਧ ਹੋਵੇ, ਉਹ ਆਪਾਂ ਸਾਰਾ ਰਿਲੇਟ ਕਰ ਪਾਵਾਂਗੇ ਕਿ ਹਾਂ ਵੀ ਸ਼ਬਦੀਪ ਵੀ ਇੱਦਾਂ ਦਾ ਹੋਊਗਾ, ਇੱਦਾਂ ਦਾ ਕੁਛ ਕਰਦਾ ਹੋਊਗਾ ਆਪਣੇ ਛੋਟੇ ਬਚਪਨ ਦੇ ਵਿੱਚ। ਜਿਵੇਂ ਹੁਣ ਬਾਪੂ ਕਹਿ ਹੀ ਰਿਹਾ ਵਾ ਕਿ ਇਸਦਾ ਚਿਹਰਾ ਵਾ ਉਹ ਪ੍ਰੋਪਰ ਮਿਲ ਰਿਹਾ ਵਾ ਸ਼ਬਦੀਪ ਨਾਲ, ਅੱਖਾਂ ਉਵੇਂ, ਉਹ ਹਰ ਵੀਡੀਓ ਦੇ ਵਿੱਚ ਐਕਸ਼ਨ ਕਰ ਰਹੇ ਨੇ ਕਿ ਉਵੇਂ ਬੋਲੋ ਉਵੇਂ ਨੱਕ ਉਵੇਂ ਫੇਸ ਦਾ ਹੈ ਨਾ ਸਟਰਕਚਰ। ਅਤੇ ਜਸਵਿੰਦਰ ਬਰਾੜ ਨੇ ਵੀ ਇਹੀ ਕਿਹਾ ਵਾ ਕਿ ਸੇਮ ਡਿੱਟੋ ਹੀ ਚੀਜ਼ ਹੈ, 19-20 ਦਾ ਫਰਕ ਵੀ ਨਹੀਂ ਹੈ। ਸੋ ਬੜਾ ਵਧੀਆ ਚੀਜ਼ ਹੈ, ਬੜਾ ਸੌਖਾ ਜੀਵਨ ਲੰਘਣ ਲੱਗ ਜੂਗਾ ਆਪਣਾ ਵੀ ਦੇਖ ਦੇਖ ਕੇ, ਹੈ ਨਾ ਕਿ ਚਲੋ ਉਹਦਾ ਲਾਈਫ ਸਾਈਕਲ ਇੱਦਾਂ ਕਰਦਾ ਇੱਦਾਂ ਕਰਦਾ। ਚੌਥੇ ਨੰਬਰ 'ਤੇ ਆ ਜਾਂਦਾ ਵਾ ਕਿ ਇੱਕ ਰਿਕੁਐਸਟ, ਦੇਖੋ ਇਹ ਬੱਚਾ ਵਰਲਡ ਵਾਈਡ ਫੇਮਸ ਹੈ ਨਾ, ਅਤੇ ਇਹਦੀ ਕਵਰ ਇਹਦੀ ਨਿਊਜ਼ ਜਾਂ ਇਹਦੀ ਫੋਟੋਆਂ ਸਿੱਧੂ ਦੀ ਟੀਮ ਨਹੀਂ ਕਵਰ ਕਰੂਗੀ ਤਾਂ ਬਾਹਰੋਂ ਕਿਸੇ ਨਾ ਕਿਸੇ ਨਿਊਜ਼ ਚੈਨਲ ਨੇ ਕਰ ਹੀ ਦੇਣੀ ਹੈ, ਉਹਦੀਆਂ ਫੋਟੋਆਂ ਚੋਰੀ ਖਿੱਚਣਗੇ, ਕਿਸੇ ਚੋਰੀ ਵੀਡੀਓ ਬਣਾਉਣਗੇ। ਸੋ ਇਦੋਂ ਵਧੀਆ ਕਿ ਉਹਦਾ ਆਪਦਾ ਹੀ ਇੱਕ ਅਕਾਊਂਟ ਬਣਾ ਦਿੱਤਾ ਜਾਵੇ। ਹਰ ਬੰਦਾ ਹੁਣ ਮੰਨ ਲਓ ਜਿਹੜਾ ਬੰਦਾ ਪੰਜਾਬ ਤੋਂ ਬਾਹਰ ਹੈ ਉਹ ਮੂਸਾ ਪਿੰਡ ਆ ਕੇ ਨਹੀਂ ਮਿਲ ਸਕਦਾ ਡੇਲੀ ਬੇਸਿਸ ਦੇ ਉੱਪਰ ਉਸ ਬੱਚੇ ਨੂੰ, ਕਿਉਂਕਿ ਪਿਆਰ ਉਹ ਬਹੁਤ ਕਰਦੇ ਨੇ, ਪਰ ਡੇਲੀ ਬੇਸਿਸ ਦੇ ਉੱਪਰ ਇੱਕ ਵਾਰੀ ਆਉਣਗੇ, ਦੋ ਵਾਰੀ ਆਉਣਗੇ, 10 ਵਾਰੀ ਆਉਣਗੇ, ਪਰ ਬਾਰ ਬਾਰ ਨਹੀਂ ਆ ਸਕਦੇ। ਅਤੇ ਪਰ ਉਹ ਚਾਹੁੰਦੇ ਆ ਕਿ ਹਾਂ ਵੀ ਉਹਦੀ ਇਕੱਲੀ ਇਕੱਲੀ ਚੀਜ਼ ਉਹ ਦੇਖਣ ਵੀ ਉਹ ਬੱਚਾ ਕੀ ਕਰ ਰਿਹਾ ਵਾ ਹੈ ਨਾ, ਕਿਵੇਂ ਹੱਸ ਰਿਹਾ ਵਾ, ਕਿਵੇਂ ਹੱਥ ਪੈਰ ਮਾਰ ਰਿਹਾ ਵਾ। ਅਤੇ ਉਹਦੇ ਵਾਸਤੇ ਮੇਰੇ ਅਕੋਰਡਿੰਗ ਦੇਖੋ ਤੁਸੀਂ ਨਹੀਂ ਕਵਰ ਕਰੋਗੇ ਤਾਂ ਨਿਊਜ਼ ਵਾਲਿਆਂ ਨੇ ਕਰ ਦੇਣਾ। ਸੋ ਅਫੀਸ਼ਲੀ ਇੱਕ ਅਕਾਊਂਟ ਬਣਾ ਦਿੱਤਾ ਜਾਵੇ ਜਿਹਦੇ ਵਿੱਚ ਸਿੱਧੂ ਮੂਸੇਵਾਲਾ ਫੋਲੋ ਕਰੇ ਉਸ ਆਈਡੀ ਨੂੰ, ਹੈ ਨਾ। ਚਲੋ ਜਿੱਥੇ ਇੰਨੀ ਫੋਲੋਇੰਗ ਆ 5 ਜਣਿਆਂ ਦੀ ਤਾਂ ਉੱਥੇ 6ਵਾਂ ਹੋ ਜੂਗਾ, ਪਰਿਵਾਰ ਦਾ ਹਿੱਸਾ ਉਹ ਵੀ, ਪਰਿਵਾਰ ਹੀ ਹੈ, ਮੈਂ ਕਹਿੰਦਾ ਸਾਰਾ ਕੁਛ ਹੀ ਹੋਇਆ ਹੁਣ। ਅਤੇ ਉਹ ਉਸ ਬੱਚੇ ਦਾ ਜਿਵੇਂ ਬੰਦਾ ਲਾਈਵ ਦਿਖਾਉਂਦਾ ਵਾ ਨਾ ਵੀ ਲਾਈਵ ਖੇਡ ਰਿਹਾ ਵਾ, ਹਜੇ ਨਹੀਂ, ਹਜੇ ਤਾਂ ਬਹੁਤ ਛੋਟਾ ਵਾ, ਇਹ ਤਾਂ ਜਸਟ 1 ਦਿਨ ਦਾ ਵਾ, ਅਤੇ ਜਦੋਂ ਥੋੜ੍ਹਾ ਜਿਹਾ ਵੱਡਾ ਹੋ ਗਿਆ ਉਸ ਤੋਂ ਬਾਅਦ ਵੀ ਇੱਦਾਂ ਖੇਡ ਰਿਹਾ ਵਾ, ਇੱਦਾਂ ਇੱਧਰ ਫਿਰ ਰਿਹਾ ਵਾ, ਉਹ ਚੀਜ਼ ਹੋਣੀ ਚਾਹੀਦੀ ਅਫੀਸ਼ੀਅਲ ਅਕਾਊਂਟ ਦੇ ਉੱਪਰ। ਅੱਗੇ ਆ ਜਾਂਦੇ ਆਪਾਂ ਇੱਕ ਕਮੈਂਟ ਦੇ ਉੱਪਰ, ਇੱਕ ਨਹੀਂ 6-7 ਕਮੈਂਟਾਂ ਦੇ ਉੱਪਰ ਵੀ ਪਹਿਲਾਂ ਤੁਸੀਂ ਸਿੱਧੂ ਤੋਂ ਪੈਸੇ ਕਮਾ ਲਏ, ਹੁਣ ਤੁਸੀਂ ਆਹ ਬੱਚੇ ਦੀ ਨਿਊਜ਼ ਪਾ ਕੇ ਪੈਸੇ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਉਹਨੂੰ ਸ਼ੇਅਰ ਕਰ ਰਹੇ। ਦੇਖੋ ਮੈਂ ਵੀਡੀਓ ਸਿਰਫ ਮੈਂ ਯੂਟਿਊਬ 'ਤੇ 1 ਪਾਈ ਹੈ, ਠੀਕ ਹੈ, ਲੇਕਿਨ ਮੈਂ ਸਟੋਰੀਆਂ ਇੰਸਟਾ ਦੇ ਉੱਪਰ, ਪੋਸਟਾਂ ਇੰਸਟਾ ਦੇ ਉੱਪਰ 10-12 ਪਾਤੀਆਂ, ਨਾ ਹੀ ਇੰਸਟਾ 'ਤੇ ਪੈਸੇ ਆਉਂਦੇ ਅਤੇ ਨਾ ਹੀ ਸਟੋਰੀਆਂ 'ਚ ਪੈਸੇ ਆਉਂਦੇ ਆ। ਅਤੇ ਜੇ ਮੈਂ ਹੁਣ ਖੁਸ਼ੀ ਜ਼ਾਹਿਰ ਕਰਨੀ ਆ ਕਿ ਯਾਰ ਮੈਂ ਬਹੁਤ ਖੁਸ਼ ਹਾਂ, ਦੇਖ ਫੈਮਿਲੀ ਨੇ ਤਾਂ ਮੈਂ ਕਰ ਹੀ ਦਿੱਤੀ, ਮੈਂ ਤੁਹਾਡੇ ਨਾਲ ਜ਼ਾਹਿਰ ਕਰਦੀ, ਮੈਂ ਕਿਵੇਂ ਕਰਾਂ? ਮੈਂ ਆਪਣੇ ਆਪ ਨੂੰ ਪਹਿਲਾਂ ਅਨਫੇਮਸ ਕਰਾਂ, ਜਾਂ ਮੈਂ ਆਪਣੀ ਫੋਲੋਇੰਗ ਕਰਾਂ, ਮੈਂ ਪ੍ਰਾਈਵੇਟ ਅਕਾਊਂਟ ਕਰਕੇ ਪੋਸਟਾਂ ਪਾਈ ਜਾਵਾਂ, ਕੋਈ ਸੈਂਸ ਨਹੀਂ ਬਣਦੀ। ਜਿਹੜੇ ਬੰਦੇ ਦੇ 10 ਫੋਲੋਅਰ ਜਾਂ 50 ਫੋਲੋਅਰ ਵੀ ਨੇ ਨਾ, ਉਹਨਾਂ ਬੰਦਿਆਂ ਨੇ ਵੀ ਸ਼ੇਅਰ ਕੀਤੇ, ਕਿਉਂਕਿ ਖੁਸ਼ ਆ ਸਾਰਾ ਸਮਾਜ। ਹੁਣ ਆ ਸੈਫ ਅਲੀ ਖਾਨ ਦੇ ਜਦੋਂ ਬੱਚਾ ਇਸ ਤਾਇਮੁਰ, ਪੂਰਾ ਹਿੰਦੁਸਤਾਨ ਫੋਟੋਆਂ ਵੀਡੀਓਆਂ ਪਾ ਰਿਹਾ ਸੀਗਾ ਉਹਦੀ, ਠੀਕ ਹੈ। ਅਤੇ ਉਸ ਟਾਈਮ ਮੈਂ ਵੀ ਕਰਦਾ ਹੁੰਦਾ ਸੀ ਕੰਮ ਯੂਟਿਊਬ ਦਾ, ਮੈਂ ਚਾਹੁੰਦਾ ਤਾਂ ਉਹ ਕਰ ਸਕਦਾ ਸੀ, ਉਹਦੇ 'ਤੇ ਇੰਡੀਆ ਲੈਵਲ ਦੀ ਸੀਗੀ ਉਹ ਸਾਰੀ ਨਿਊਜ਼ ਕਵਰੇਜ, ਜਿੰਨੇ ਮਰਜ਼ੀ ਕੱਟੀ ਜਾਂਦਾ, ਪਰ ਮੈਂ ਅੱਜ ਤੱਕ ਨਹੀਂ ਕਦੇ ਉਹਦੇ ਉੱਪਰ ਵੀਡੀਓ ਪਾਈ ਜਾਂ ਫੋਟੋ ਪਾਈ। ਠੀਕ ਹੈ, ਚਲੋ ਚੰਗੀ ਗੱਲ ਆ, ਬੱਚਾ ਹੋਇਆ, ਪਿਆਰ ਆ, ਪਰ ਯਾਰ ਹਰ ਕਿਸੇ ਨਾਲ ਉਸ ਲੈਵਲ ਦਾ ਪਿਆਰ ਨਹੀਂ ਨਾ ਹੋ ਸਕਦਾ। ਸੋ ਇਹਦੇ ਨਾਲ ਪਿਆਰ ਹੈ ਤਾਂ ਹੁਣ ਹੈ ਯਾਰ, ਕਿ ਹੁਣ ਕੀ ਕਰੀਏ। ਅੱਛਾ, ਮੈਂ ਜਿਵੇਂ ਨਾਮਕਰਨ ਵਾਲੀ ਮੈਂ ਵੀਡੀਓ ਪਾਈ ਸੀਗੀ, ਅਤੇ ਇਹ ਮੈਂ ਕਿੱਥੋਂ ਚੱਕਦਾ ਵਾਂ ਇਹ ਚੀਜ਼ਾਂ? ਕਮੈਂਟਾਂ ਦੇ ਵਿੱਚੋਂ, ਸਟੋਰੀਆਂ ਦੇ ਵਿੱਚ ਪੋਲ ਕਰਦਾ ਹੁੰਦਾ, ਜਾਂ
ਆਪਣੀ ਕਮਿਊਨਿਟੀ ਪੋਸਟ 'ਚ ਪੋਲ ਕਰਦਾ ਹੁੰਦਾ। ਸੋ ਇਹਦੇ ਕਰਕੇ ਆਪਾਂ ਨਾ ਇੱਕ ਚਾਚਾ ਸਨਰੀ ਇੰਸਟਾਗ੍ਰਾਮ ਦੇ ਉੱਪਰ ਜੇ ਇੱਥੇ ਟੈਪ ਕਰੋਗੇ ਨਾ ਤਾਂ ਸਪੈਸੀਫਿਕ ਚੈਨਲ ਮਿਲ ਜੂਗਾ ਜਿੱਥੇ ਆਪਾਂ ਇੱਦਾਂ ਗੱਲਾਂ ਕਰਿਆ ਕਰਾਂਗੇ, ਇੱਦਾਂ ਡਿਸਕਸ ਕਰਿਆ ਕਰਾਂਗੇ, ਟੋਪਿਕ ਵੀ ਇੱਦਾਂ ਹੋਣਾ ਚਾਹੀਦਾ ਵਾ, ਇੱਦਾਂ ਹੋਣਾ ਚਾਹੀਦਾ, ਸਿੱਧੂ ਦੇ ਫੈਨਾਂ ਦੀ ਆਹ ਡਿਮਾਂਡ ਹੈ, ਕਿਉਂਕਿ ਮੈਂ ਇਕੱਲਾ ਕੋਈ ਉਹ ਨਹੀਂ ਹੈਗਾ, ਮੈਂ ਬਾਹਲਾ ਬੁੱਧੀਜੀਵੀ ਕਿ ਮੈਂ ਆ ਮੂੰਹ ਚੱਕ ਕੇ ਕੈਮਰੇ ਮੂਹਰੇ ਬੋਲਦਾ ਅਤੇ ਸਾਰੇ ਚੀਜ਼ਾਂ ਉਹ ਸਾਰੇ ਲੋਕ ਉਹ ਚੀਜ਼ ਮੰਨ ਲੈਣ। ਅਸਲ 'ਚ ਨੰਬਰ ਆਫ ਪੀਪਲ ਦੇ ਓਪੀਨੀਅਨ ਨੂੰ ਇਕੱਠਾ ਕਰਕੇ ਇੱਕ ਆਵਾਜ਼ ਵਿੱਚ ਬੋਲਣ ਦਾ ਮੇਰਾ ਕੰਮ ਹੈ, ਨਾ ਕਿ ਮੈਂ ਹੀ ਆਪਦੀਆਂ ਸਲਾਹਾਂ ਘੁੱਟਣ ਦਾ। ਸੋ ਉੱਥੇ ਆਪਾਂ ਨੰਬਰ ਆਫ ਪੀਪਲ ਦੀ ਸਲਾਹਾਂ ਲਿਆ ਕਰਾਂਗੇ, ਔਲਰੇਡੀ ਮੈਂ ਬਾਕੀ ਜਗ੍ਹਾ 'ਤੇ ਲੈਣਾ, ਉਹ ਇੱਕ ਜਗ੍ਹਾ 'ਤੇ ਹੋਜੂਗੀ ਤਾਂ ਵਧੀਆ ਚੀਜ਼ ਹੋਜੂਗੀ। ਤੁਸੀਂ ਇਸ ਚੈਨਲ ਨੂੰ ਜੁਆਇਨ ਕਰ ਸਕਦੇ ਹੋ। ਇਸ ਵੀਡੀਓ ਨੂੰ ਬੜਾ ਲੰਬਾ ਨਾ ਕਰਦੇ ਹੋਏ ਇਸ ਨੂੰ ਖਤਮ ਕਰਦੇ ਹੋਏ ਕਵਾਂ, ਬੜੀ ਖੁਸ਼ੀ ਵਾਲੀ ਗੱਲ ਹੈ ਆਪਾਂ ਨੂੰ ਛੋਟਾ ਸ਼ੁਭਦੀਪ ਮਿਲ ਗਿਆ ਜਾਂ ਅਗੇਨ ਸ਼ੁਭਦੀਪ ਮਿਲ ਗਿਆ, ਪਰ ਜਸਟਿਸ ਲਈ ਆਵਾਜ਼ ਚੱਕਣਾ ਨਾ ਹਟਿਓ, ਕਿਉਂਕਿ ਹੁਣ ਦੇਖ ਤੁਸੀਂ ਦੇਖਿਆ ਨੋਟਿਸ ਕੀਤਾ ਹੋਊਗਾ ਜਿਹੜੇ ਬਿਲਕੁਲ ਹੇਟਰ ਟਾਈਪ ਸੀਗੇ ਸਿੱਧੂ ਮੂਸੇਵਾਲਾ ਦੇ, ਜਿਹੜੇ ਆਵਾਜ਼ ਨਹੀਂ ਚੱਕਦੇ ਸੀ ਜਸਟਿਸ ਲਈ, ਉਹ ਇਹ ਪੋਸਟਾਂ ਵੀ ਅੱਜ ਕੱਲ੍ਹ ਸ਼ੇਅਰ ਕਰ ਰਹੇ ਨੇ, ਪਾ ਰਹੇ ਨੇ। ਵਧੀਆ ਗੱਲ ਹੈ, ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ, ਖੁਸ਼ੀ 'ਚ ਤੁਸੀਂ ਖੁਸ਼ ਹੋ ਰਹੇ ਹੋ। ਪਰ ਜਦੋਂ ਜਸਟਿਸ ਫੋਰ ਸਿੱਧੂ ਮੂਸੇਵਾਲਾ ਲਿਖਣਾ ਹੋਵੇ ਜਾਂ ਜਸਟਿਸ ਦੀ ਮੰਗ ਕਰਨੀ ਹੋਵੇ, ਉੱਥੇ ਰਿਸਕ ਇਹਨਾਂ 'ਤੇ ਵੀ ਆ ਜਾਂਦਾ ਵੀ ਤੁਸੀਂ ਬਾਹਲਾ ਜਸਟਿਸ ਮੰਗਦੇ ਹੋ। ਤਾਂ ਇਸ ਕਰਕੇ ਉਹ ਜਸਟਿਸ ਮੰਗਣੋਂ ਅਵੋਇਡ ਕਰਦੇ ਨੇ, ਸਟੋਰੀਆਂ ਦੇ ਵਿੱਚ ਪਬਲਿਕਲੀ ਨਹੀਂ ਯਾਦ ਕਰਵਾਉਂਦੇ, ਇਸ ਕਰਕੇ ਥੋੜ੍ਹਾ ਡਰਦੇ ਨੇ। ਖੁਸ਼ੀ 'ਚ ਖੁਸ਼ ਹੋਣਾ ਤਾਂ ਓਬੀਅਸ ਗੱਲ ਹੈ, ਇਹਦੇ 'ਚ ਕਿਹਨੂੰ ਇਹਨਾਂ ਦਾ ਰਿਸਕ ਨਹੀਂ ਨਾ ਜਾਂਦਾ, ਸ਼ੇਅਰ ਕਰ ਵੀ ਦੇਣਗੇ, ਇਹਦੇ 'ਚ ਕੀ ਰਿਸਕ ਆ ਵੀ ਠੀਕ ਹੈ ਚਲੋ ਚੰਗੀ ਗੱਲ ਸ਼ੇਅਰ ਕਰ ਰਹੇ ਨੇ। ਜਸਟਿਸ ਹਜੇ ਵੀ ਬਾਕੀ ਹੈ, ਜਸਟਿਸ ਮੰਗਣਾ ਨਾ ਹਟਿਓ, ਇਹਦੇ ਲਈ ਖੁਸ਼ੀ ਅਲੱਗ ਗੱਲ ਹੈ, ਬਾਈ ਲਈ ਜਸਟਿਸ ਮੰਗਣਾ ਅਲੱਗ ਗੱਲ ਹੈ।